हाँ जी, सत श्री अकाल जी सारों, की हाल चाल है जी सारे का। होप करदा तुसीं सारे जने ठीक हो गए। सो स्वागत है जी अज्ज दे नवे व्लॉग च। पहली गल भी इदा आ कि पिछली कुछ वीडियो जिहड़ियां पाईआं उहदे थले काफ़ी भरावां दे कमेंट आए सी RIP सिद्धू भाई। सो आपां नूं भी इस चीज़ का पता है भाई, बहुत माड़ी गल हुई है। ये घटना होनी नहीं सी चाहीदी, क्योंकि कलाकार या बाकी चीज़ा या लेजेंड वह बाहर सीगा। पहला किसी माँ प्यो का वह कला कला पुत सी जो नहीं सी होना चाहिए, वह गलत होया आ। इस चीज़ का सानू दुख भी है, पर बई हूँ वो चीज़ जो हो गई है जिदा असं कुछ कर नहीं सकते, ठीक है। वह ही कोई उस चीज़ को वार बार रिपीट करके या किसी के कमेंटा थले जाके कह के वह कोई फायदा नहीं है। मैं ये सिर्फ तुहानू तां कह रहा भी जिहड़ी एनर्जी आपां ये कमेंटा थले मेरिया थले या किसी होर दे थले लाउणी है ना, उही एनर्जी तुसीं वरतो सोशल मीडिया की सरकार ते दबाव बनाउण दी, जिदे नाल कि साडे वर्गे यूथां या होर लोगों का हौसला वधे कि नहीं यार ਇਹੋ ਜਿਹਾ ਕੰਮ ਨਹੀਂ ਕੋਈ ਕਰ ਸਕਦਾ। ਕੋਈ ਅਗਰ ਕਿਸੇ ਨੇ ਕੀਤਾ ਸੀ ਤਾਂ ਉਹਦਾ ਹਸ਼ਰ ਬਹੁਤ ਮਾੜਾ ਹੋਇਆ ਸੀਗਾ, ਠੀਕ ਹੈ ਨਾ। ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਜਿਹਦੇ ਕਰਕੇ ਵੀ ਤੁਸੀਂ ਜਿਹੜੀ ਆਪਣੀ ਪਾਵਰ ਦਾ ਜਿਹੜਾ ਯੂਜ਼ ਆ ਉਹ ਸਹੀ ਤਰੀਕੇ ਨਾਲ ਕਰੋ, ਠੀਕ ਹੈ। ਹੁਣ ਇੱਕ ਭਰਾ ਆ, ਮੈਂ ਚਲੋ ਹੁਣ ਨਾਮ ਨੂਮ ਤਾਂ ਉਹਦਾ ਕੀ ਲੈਣਾ, ਉਹਨੇ ਗਾਲ ਕੱਢ ਕੇ ਮੇਰੇ ਕਮੈਂਟ ਥੱਲੇ ਜੋ ਲਿਖਿਆ ਨਾ ਬਾਈ, ਮੈਂ ਦੇਖੋ ਦੁੱਖ ਸਾਰਿਆਂ ਨੂੰ ਆ, ਹਰ ਇੱਕ ਬੰਦੇ ਦਾ। ਮੈਂ ਅੱਜ ਤੀਸਰੀ ਵੀਡੀਓ 'ਚ ਬੋਲ ਰਿਹਾ ਹਾਂ, ਠੀਕ ਹੈ। ਪਹਿਲੀ ਦੂਜੀ 'ਚ ਮੈਂ ਨਹੀਂ ਬੋਲਿਆ, ਕਿਉਂਕਿ ਬਾਈ ਜੀ ਜੋ ਚੀਜ਼ ਹੁੰਦੀ ਆ ਬੰਦੇ ਦੀ ਦਿਲੋਂ ਹੁੰਦੀ ਆ, ਕਿਸੇ ਨੂੰ ਸ਼ੋਅ ਕਰਕੇ ਕੀ ਫਾਇਦਾ ਉਸ ਚੀਜ਼ ਦਾ, ਠੀਕ ਹੈ। ਸੋ ਅੱਜ ਤੀਸਰੀ ਵੀਡੀਓ 'ਚ ਮੈਨੂੰ ਮਤਲਬ ਉੱਭ ਕੇ ਬੋਲਣਾ ਪੈ ਰਿਹਾ ਯਾਰ, ਗਾਲ ਕੱਢ ਕੇ ਜਿਹੜਾ ਬੰਦਾ ਬੋਲਦਾ ਨਾ ਮੈਨੂੰ ਬਿਲਕੁਲ ਬਰਦਾਸ਼ਤ ਨਹੀਂ ਆ, ਪਹਿਲੀ ਗੱਲ ਤਾਂ ਇਹ। ਦੂਜੀ ਗੱਲ, ਉਹਨੇ ਜੋ ਵਰਡਿੰਗ ਯੂਜ਼ ਕੀਤੀ ਸਾਰੀਆਂ ਚੀਜ਼ਾਂ, ਫਿਰ ਮੈਂ ਵੀ ਬਰਾਬਰ ਦਾ ਹੱਕਦਾਰ ਹਾਂ ਕਿ ਜਿਹੋ ਜਿਹਾ ਅਗਲਾ ਮਾਨ ਸਤਿਕਾਰ ਚਾਹੁੰਦਾ ਹੈ ਉਹੋ ਜਿਹਾ ਕਰੀਏ, ਠੀਕ ਹੈ। ਮੇਰੀ ਸਾਰਿਆਂ ਨੂੰ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਚੀਜ਼ ਨਹੀਂ ਚੰਗੀ ਲੱਗਦੀ ਤਾਂ ਲਿਖਿਆ ਕਰੋ ਕਿ ਹਾਂ ਬਾਈ ਇਹ ਚੀਜ਼ ਵਧੀਆ ਨਹੀਂ ਲੱਗੀ, ਆਪਾਂ ਉਸ ਚੀਜ਼ ਨੂੰ ਮੰਨਾਂਗੇ, ਕਿਉਂ ਉਹ ਤੁਹਾਡਾ ਵੀ ਹੱਕ ਹੈ, ਤੁਸੀਂ ਸਾਨੂੰ ਦੇਖਦੇ ਹੋ, ਤੁਸੀਂ ਸਾਰਿਆਂ ਨੇ ਸਾਨੂੰ ਬਣਾਇਆ ਆ, ਇਹ ਬਣਾ ਰਹੇ ਹੋ ਅੱਗੇ ਅੱਗੇ। ਪਰ ਜੇ ਕੋਈ ਗਾਲ ਕੱਢ ਕੇ ਬੋਲੂਗਾ ਸੌਰੀ ਬਾਈ, ਮੈਂ ਤਾਂ ਸਿੱਧਾ ਹੋ ਜੂ, ਫਿਰ ਆਪਣਾ ਤਾਂ ਸਿੱਧਾ ਕੰਮ ਆ, ਜਿਹੋ ਜਿਹਾ ਕੋਈ ਅਗਲਾ ਚੱਲੂਗਾ ਉਹੋ ਜਿਹਾ ਆਪਾਂ ਨੇ ਚੱਲਣਾ, ਠੀਕ ਹੈ। ਹੁਣ ਗਾਲ ਦਾ ਜਵਾਬ ਅੱਜ ਗਾਲ ਨਾ ਦਿੱਤਾ, ਮਾਲਕ ਮਿੰਟਾਂ 'ਚ ਕਮੈਂਟ ਡਿਲੀਟ ਕਰ ਗਿਆ। ਜੇ ਮੈਂ ਇਹੀ ਉਹਨੂੰ ਭਾਜੀ ਭਾਜੀ ਕਰਕੇ ਵੀਰ ਵੀਰ ਕਰਕੇ ਸਮਝਾਉਂਦਾ, ਅਗਲੇ ਨੇ ਨਹੀਂ ਸੀ ਸਮਝਣਾ। ਸੋ ਆਪਣੀ ਬੇਇੱਜ਼ਤੀ ਆਪ ਕਰਾਉਣ ਤੋਂ ਚੰਗਾ ਹੈ ਪਹਿਲਾਂ ਹੀ ਮੇਰੇ ਵੀਰ ਨਾਲ ਉਨਾ ਕੀ ਲਿਖਿਆ ਕਰੋ ਜਿੰਨਾ ਕੁ ਵਾਜਬ ਹੁੰਦਾ ਹੈ, ਠੀਕ ਹੈ ਬਾਬਿਓ। ਸੋ ਬਾਈ ਦੀ ਮੌਤ ਦਾ ਦੁੱਖ ਹੈ, ਦਿਲੋਂ ਦੁੱਖ ਹੈ, ਇਸ ਚੀਜ਼ 'ਚ ਕੋਈ ਦੋ ਰਾਏ ਨਹੀਂ ਹੈ। ਬਟ ਹੁਣ ਗੱਲ ਇਹ ਹੈ ਨਾ ਕਿ ਅਸੀਂ ਕਰ ਕੁਛ ਨਹੀਂ ਸਕਦੇ, ਜੋ ਕਰ ਸਕਦੇ ਹਾਂ ਉਹ ਮੌਕਾ ਤੁਸੀਂ ਸਾਰਿਆਂ ਨੇ ਸੰਭਾਲਣਾ ਨਹੀਂ ਹੈ। ਜੇ ਸੰਭਾਲ ਲਓਗੇ ਤਾਂ ਅੱਗੇ ਲਈ ਤੁਹਾਡੀ ਆਉਣ ਵਾਲੀ ਪੀੜ੍ਹੀ ਕੀ ਤੁਸੀਂ ਕੀ ਸਾਰੇ ਸੁਰੱਖਿਅਤ ਰਹਾਂਗੇ, ਠੀਕ ਹੈ ਬਾਬਿਓ। ਸੋ ਜਿੰਨਾ ਹੋ ਸਕੇ ਬਾਕੀ ਐਕਟੀਵਿਟੀਜ਼ 'ਤੇ ਧਿਆਨ ਦਿਓ, ਜਿਹੜੀ ਚੀਜ਼ ਹੋ ਗਈ ਹੈ ਜਾਂ ਉਸ ਚੀਜ਼ ਨੂੰ ਲੈ ਕੇ ਕਿਸੇ ਨੂੰ ਬਲੇਮ ਨਾ ਲਾਓ। ਗੌਰਮੈਂਟ ਦੇ ਖਹਿੜੇ ਪਊਗੀ ਇਸ ਚੀਜ਼ ਦਾ, ਜਿਹੜਾ ਉਹ ਹੱਲ ਕਰੇ, ਸਲਿਊਸ਼ਨ ਲੱਭੇ ਇਸ ਚੀਜ਼ ਦਾ, ਠੀਕ ਹੈ ਬਾਬਿਓ। ਸੋ ਮੈਂ ਫਿਲਹਾਲ ਪਹੁੰਚ ਗਿਆ ਸੀ ਨੂਰ ਕੋਲੋਂ ਵਾਪਸ, ਜਿੱਦਾਂ ਕਿ ਤੁਸੀਂ ਲਾਸਟ ਵਲੌਗ 'ਚ ਦੇਖਿਆ ਸੀ ਮੈਂ ਆ ਗਿਆ ਸੀ ਘਰੇ, ਤਾਂ ਹੁਣ ਮੈਂ ਮੋਟਰ 'ਤੇ ਆਇਆ ਹਾਂ ਸਾਰਾ ਦਿਨ ਕੁਛ ਕੁ। ਚਲੋ ਹੁਣ ਮੈਂ ਕੀ ਕਹਾਂ, ਵਾਰ ਵਾਰ ਉਸ ਚੀਜ਼ ਨੂੰ ਕਹਿੰਦਾ ਚੰਗਾ ਨਹੀਂ ਲੱਗਦਾ, ਮੂਡ ਠੀਕ ਨਹੀਂ ਸੀਗਾ। ਸੋ ਬਟ ਹੁਣ ਮੈਂ ਆਪਣੇ ਕਾਰਜ ਜਿਹੜੇ ਆ ਉਹ ਖੇਤਾਂ ਵਾਲੇ ਰਹਿ ਗਏ ਸੀ ਉਹ ਕਰਨੇ ਆ ਮੁਕੰਮਲ, ਠੀਕ ਹੈ ਨਾ। ਉਹਨਾਂ ਵਾਸਤੇ ਪਹੁੰਚ ਗਿਆ ਖੇਤਾਂ ਦੇ ਅੰਦਰ। ਸੋ ਟਰੈਕਟਰ ਇੱਥੇ ਹੀ ਖੜ੍ਹਾ ਸੀ, ਦੋ ਤਿੰਨ ਦਿਨ ਹੋ ਗਏ ਜਿੱਦਣ ਦਾ, ਮਤਲਬ ਆਪਾਂ ਨੇ ਇੱਥੇ ਤਵੇ ਮਾਰੇ ਸੀਗੇ, ਲਾਸਟ ਵੀਡੀਓ ਪਾਈ ਸੀ, ਠੀਕ ਹੈ। ਉਦੋਂ ਦਾ ਟਰੈਕਟਰ ਇੱਥੇ ਹੀ ਖੜ੍ਹਾ, ਘਰ ਨਹੀਂ ਸੀ ਲੈ ਗਿਆ ਮੈਂ। ਸੋ ਹੁਣ ਆਪਾਂ ਇਹ 'ਚ ਟੈਲਰ ਮਾਰਨੇ ਆ, ਟੈਲਰ ਮਾਰ ਕੇ ਫਿਰ ਹੋਵਾਂਗੇ ਇਹ ਵਾਲਾ ਜਿਹੜਾ ਥਾਂ ਆ, ਇਹਨੂੰ ਥੋੜ੍ਹਾ ਜਿਹਾ ਟੈਲਰ ਮਾਰ ਕੇ ਖੁੰਜੇ ਖਾਂਜੇ ਲਾ ਕੇ ਸੈੱਟ ਕਰਕੇ ਛੱਡ ਦੇਣਾ, ਇਹ 'ਚ ਕੰਪਿਊਟਰ ਲੱਗਣ ਲਈ ਤਿਆਰ ਹੋ ਜੂਗਾ। ਅਤੇ ਪਰਲੇ ਪਾਸੇ ਆਪਾਂ ਤਵੇ ਮਾਰਨੇ ਆ, ਅਤੇ ਤੁਹਾਨੂੰ ਅੱਜ ਦੀ ਰੂਟੀਨ 'ਚ ਦਿਖਾਵਾਂਗੇ। ਬਾਕੀ ਵੀਰੋ ਰਿਕੁਐਸਟ ਵਾਲੀ ਹੀ ਗੱਲ ਆ ਕਿ ਥੋੜ੍ਹਾ ਜਿਹਾ ਸਮਝਦਾਰੀ ਵਰਤਿਆ ਕਰੋ ਯਾਰ, ਇਹਨਾਂ ਚੀਜ਼ਾਂ ਨੂੰ ਲੈ ਕੇ, ਇਹਨਾਂ ਚੀਜ਼ਾਂ ਦੇ ਪਿੱਛੇ ਬਹਿਸ ਕਰਕੇ ਆਪਣੇ ਨਾਲ ਹੀ ਆਪਣੇ ਆਪਣੇ ਨੂੰ ਮਾਰੀ ਜਾ ਰਿਹਾ, ਆਪਣੇ ਆਪਣੇ ਨਾਲ ਹੀ ਬਹਿਸ ਕਰੀ ਜਾ ਰਿਹਾ, ਠੀਕ ਹੈ। ਬਹਿਸ ਕਰਨੀ ਉੱਥੇ ਵਾਜਬ ਆ ਯਾਰ ਜਿੱਥੇ ਤੁਹਾਨੂੰ ਕਸੂਰ ਲੱਗਦਾ ਆ, ਜਿੱਥੇ ਕਿਸੇ ਦਾ ਕੋਈ ਕਸੂਰ ਹੀ ਨਹੀਂ, ਜਿਹਦਾ ਕੋਈ ਲੈਣਾ ਦੇਣਾ ਹੀ ਨਹੀਂ ਉਸ ਚੀਜ਼ ਨੂੰ, ਤੁਸੀਂ ਉਹਨੂੰ ਵੀ ਘਸੀਟੀ ਜਾ ਰਹੇ ਹੋ। ਘਸੀਟੋ ਉਹਨੂੰ, ਗੌਰਮੈਂਟ ਨੂੰ ਘਸੀਟੋ ਸਭ ਤੋਂ ਜ਼ਿਆਦਾ, ਵੀ ਹਾਂਜੀ ਸਾਨੂੰ ਚਾਹੀਦਾ ਆ, ਰਿਜ਼ਲਟ ਚਾਹੀਦਾ ਆ, ਵੀ ਹਾਂ ਚਲੋ ਜੋ ਹੋਇਆ, ਜੋ ਕਹਿੰਦੇ ਆ ਨਾ ਵੀ ਉਹ ਗੈਂਗਸਟਰ ਸੀ, ਇੱਦਾਂ ਸੀ, ਉੱਦਾਂ ਸੀ, ਉਹਦੇ ਗਾਣੇ ਇਹੋ ਜਿਹੇ ਸੀ, ਠੀਕ ਹੈ ਬਾਈ ਮੰਨਦੇ ਹਾਂ, ਇਨਸਾਨ ਤਾਂ ਹੈਗਾ ਸੀ ਨਾ, ਇਨਸਾਨੀਅਤ ਦੇ ਨਾਤੇ ਉਹਨੂੰ ਇਨਸਾਫ ਤਾਂ ਮਿਲਣਾ ਚਾਹੀਦਾ ਨਾ, ਅਤੇ ਉਹ ਦੋ ਸਾਨੂੰ, ਸਾਨੂੰ ਹੋਰ ਕੁਛ ਨਹੀਂ ਚਾਹੀਦਾ, ਸਾਨੂੰ ਕਿਸੇ ਤੋਂ ਕੋਈ ਹਮਦਰਦੀ ਨਹੀਂ, ਅਸੀਂ ਕਿਸੇ ਦੀ ਸਿੰਪਤੀ ਨਹੀਂ ਲੈਣੀ, ਸਾਨੂੰ ਉਹਦੇ ਜੋ ਉਹਦੇ ਨਾਲ ਹੋਇਆ ਆ ਉਹਦਾ ਇਨਸਾਫ ਚਾਹੀਦਾ ਇਨਸਾਨੀਅਤ ਤੌਰ 'ਤੇ, ਉਹ ਤਾਂ ਬਣਦਾ ਹੈ ਹੱਕ ਬਾਈ। ਹੁਣ ਜੇ ਕਈ ਇਹਦੇ 'ਚ ਵੀ ਕਿੰਤੂ ਪਰੰਤੂ ਨਾ ਕਰ ਦਿਓ ਕਿ ਨਹੀਂ ਉਹ ਤਾਂ ਇਨਸਾਨ ਵੀ ਨਹੀਂ ਸੀ, ਠੀਕ ਹੈ ਬਾਬਿਓ, ਜਿਹੋ ਜਿਹਾ ਵੀ ਲਿਖਦਾ ਸੀ, ਜਿਹੋ ਜਿਹਾ ਵੀ ਗਾਉਂਦਾ ਸੀ, ਚੰਗਾ ਸੀ ਮਾੜਾ ਸੀ ਜੋ ਮਰਜ਼ੀ ਸੀ ਯਾਰ, ਇਨਸਾਨ ਹੈਗਾ ਸੀ, ਅਤੇ ਜਿਹੜਾ ਆਪਣਾ ਲੋ ਐਂਡ ਆਰਡਰ ਹੈ ਉਹ ਵੀ ਉਹਦੇ ਵਾਸਤੇ ਵੀ ਸੇਮ ਸੀ, ਸਾਡੇ ਵਾਸਤੇ ਵੀ ਸੇਮ ਹੋ ਜਾਈ ਆ। ਜੇ ਉਹਦੇ ਵਾਸਤੇ ਨਹੀਂ ਕੁਛ ਕਰ ਸਕਿਆ ਤਾਂ ਸਾਡੇ ਵਾਸਤੇ ਫਿਰ ਕੀ ਕਰ ਲੂਗਾ, ਠੀਕ ਹੈ ਬਾਬਿਓ। ਇਹਨਾਂ ਚੀਜ਼ਾਂ 'ਤੇ ਸੋਚਿਆ ਕਰੋ ਯਾਰ, ਬਾਕੀ ਮੇਰੇ ਵਰਗਿਆਂ ਨਾਲ ਬਹਿਸਣ ਦਾ ਕੋਈ ਫਾਇਦਾ ਨਹੀਂ ਹੈ, ਕਿਉਂ ਅਸੀਂ ਇੱਕ ਦਿਨ ਤੁਹਾਡੀ ਜਰ ਲਾਂਗੇ, ਦੂਜੇ ਦਿਨ ਜਰ ਲਾਂਗੇ, ਤੀਜੇ ਦਿਨ ਤੁਹਾਨੂੰ ਜਿਹੜਾ ਵਾਪਸੀ ਦਾ ਸ਼ਗਨ ਪਾਉਣਾ ਆ ਉਹ ਤੁਹਾਨੂੰ ਵੀ ਜਰ ਨਹੀਂ ਹੋਣਾ, ਸਮਝਦੇ ਹੋ। ਤੋ ਇਸ ਤੋਂ ਬੈਟਰ ਮੇਰੇ ਵੀਰ ਸਾਰਿਆਂ ਨੂੰ ਬੇਨਤੀ ਹੈ ਕਿ ਸਿਸਟਮ ਨਾਲ ਲੜਨਾ ਸਿੱਖੋ, ਠੀਕ ਹੈ। ਆਪਣੇ ਨਾਲ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਉਹਨਾਂ ਨੂੰ ਘਸੀਟਣਾ ਛੱਡ ਦਿਓ।
ਸੋ ਹੁਣ ਆਪਾਂ ਕਰਦੇ ਹਾਂ ਆਪਣੀ ਰੂਟੀਨ ਸਟਾਰਟ ਅਤੇ ਲੱਗਿਆ ਸੀ ਬਸ ਮੈਂ ਟਿਲਰ ਪਾਉਂਦਾ ਹਾਂ ਅਤੇ ਰਾਹੁਲ ਨੇ ਗੇਟ ਖੋਲ੍ਹਤੇ ਬਾਕੀ ਡੀਜ਼ਲ ਮੰਗਾਇਆ ਕਿਉਂਕਿ ਪੰਪ ਇੱਥੋਂ ਥੋੜ੍ਹਾ ਦੂਰ ਪੈਂਦਾ ਆ ਤਾਂ ਮੈਂ ਡੀਜ਼ਲ ਬਾਈਕ 'ਤੇ ਹੀ ਮੰਗਾ ਲਿਆ ਕਿ ਉੱਥੋਂ ਇੱਥੋਂ ਲਿਆ ਕੇ ਪਾ ਲਾਂਗੇ ਹੁਣ ਕਿੱਥੇ ਟਰੈਕਟਰ ਲੈ ਕੇ ਜਾਵਾਂਗਾ ਮੈਂ ਰਾਹੁਲ ਚਲਾ ਤੋ ਟਰੈਕਟਰ ਕਰਦਾ ਮੈਂ ਸਟਾਰਟ ਅਤੇ ਫਿਰ ਟਿਲਰ ਪਾਉਂਦੇ ਹਾਂ ਬਾਕੀ ਹੁਣ ਤਿੰਨ ਦਿਨ ਬਾਅਦ ਸਟਾਰਟ ਹੋਣਾ ਇਹਨੇ ਬਾਈ ਇੱਕ ਵਾਰ ਨਾ ਪਹਿਲਾਂ ਡੀਜ਼ਲ ਕੈਪ ਚੈੱਕ ਕਰ ਲਈਏ ਇਹਦਾ ਵੀ ਇੱਕ ਰੀਜ਼ਨ ਹੈ ਠੀਕ ਹੈ ਓਕੇ ਹੈ ਕਿਉਂਕਿ ਟਰੈਕਟਰ ਆਪਣਾ ਇੱਥੇ ਖੜਿਆ ਸੀ ਬੜੇ ਦਿਨਾਂ ਤੋਂ ਅਤੇ ਇੱਥੇ ਨਹਾਉਣ ਆਉਂਦੇ ਆ ਬੰਦੇ ਬਾਕੀ ਤੁਸੀਂ ਸਮਝ ਸਕਦੇ ਹੋ ਕਿ ਮੈਂ ਡੀਜ਼ਲ ਕੈਪ ਪਹਿਲਾਂ ਕਿਉਂ ਚੈੱਕ ਕੀਤੀ ਹੈ ਸੈਲਫ ਮਾਰਨ ਤੋਂ ਪਹਿਲਾਂ ਬਾਕੀ ਬਾਬੇ ਟਰੈਕਟਰ ਦੀ ਕੰਡੀਸ਼ਨ ਵੀ ਕਾਫੀ ਧੁਆਉਣ ਵਾਲੀ ਹੋਈ ਪਈ ਹੈ ਅਤੇ ਦੋ ਕੁ ਮਿੰਟ ਸਟਾਰਟ ਖੜ੍ਹਾ ਕਰਦੇ ਹਾਂ ਫਿਰ ਤੁਹਾਨੂੰ ਇਹਨੂੰ ਵੀ ਧਵਾਵਾਂਗੇ ਇੱਕ ਵਾਰੀ ਵਿਹਲੇ ਹੋ ਜਾਈਏ ਖੇਤਾਂ ਦੇ ਕੰਮ ਤੋਂ ਅਤੇ ਬਾਕੀ ਅਸੀਂ ਥੋੜ੍ਹੀ ਜਿਹੀ ਤਾਰ ਤੂਰ ਲਾ ਦਿੱਤੀ ਸੀ ਲਾਸਟ ਟਾਈਮ ਜੋ ਹੋਇਆ ਸੀ ਨਾ ਉਹਨੂੰ ਵੇਖਦੇ ਹੋਏ ਕਿਉਂਕਿ ਫਿਰ ਵੀ ਨਾ ਕਈ ਜਾਣੇ ਫੜੇ ਆ ਅਸੀਂ ਬਾਅਦ 'ਚ ਵੀ ਅਤੇ ਪਤਾ ਨਹੀਂ ਕਿਉਂ ਯਾਰ ਲੋਕਾਂ ਦਾ ਦਿਮਾਗ ਖਰਾਬ ਹੋਇਆ ਐਵੇਂ ਵੜੀ ਜਾਂਦੇ ਆ ਕਿਤੇ ਵੀ ਆ ਕੇ ਸੋ ਠੀਕ ਹੈ ਜੀ ਮੈਂ ਪਵਾ ਲਾਂ ਹਲ ਹੁਲ ਫਿਰ ਤੁਹਾਨੂੰ ਮਿਲਦਾ ਹਾਂ ਇਹ ਕੰਮ ਕਰਾ ਕੇ ਲੋ ਮਿੱਤਰੋ ਹਲ ਪਾਉਣ ਲੱਗੇ ਸੀਗੇ ਅਤੇ ਆ ਜਿਹੜੇ ਆਪਣੇ ਸਟੈਬਲਾਈਜ਼ਰ ਹੁੰਦੇ ਆ ਠੀਕ ਹੈ ਆ ਜਿਹੜਾ ਤੁਹਾਨੂੰ ਦਿਖ ਰਿਹਾ ਸਿਲਵਰ ਜਿਹਾ ਇੱਧਰ ਵਾਲਾ ਤਾਂ ਸੈੱਟ ਹੈ ਇੱਧਰ ਵਾਲੇ 'ਚ ਮਿੱਟੀ ਫਸ ਗਈ ਸੀ ਫਿਰ ਹੁਣ ਖੋਲ੍ਹਿਆ ਆ ਖੋਲ੍ਹ ਕੇ ਅਤੇ ਸੁੱਖਾ ਵੀਰ ਬਾਹਰ 'ਚ ਬੱਚੇ ਦੇ ਉਹਨੂੰ ਅੰਦਰੋਂ ਪਾਣੀ ਜਿਹਾ ਮਾਰ ਕੇ ਮਿੱਟੀ ਠੋਸ ਬਹੁਤ ਹੋ ਗਈ ਆ ਆਪਾਂ ਪਿੰਨਾਂ ਪੁੰਨਾਂ ਮਾਰ ਕੇ ਕੱਢ ਰਹੇ ਸੀ ਪਰ ਨਿਕਲੀ ਨਹੀਂ ਸੋ ਉਹਦੇ ਨਾਲ ਹੁਣ ਕੱਢ ਰਹੇ ਹਾਂ ਹੁਣ ਉਹ ਸਹੀ ਆ ਜਿਹਾ ਲੈ ਕੇ ਆਇਆ ਉਸਤਾਦ ਇੱਕ ਤਾਂ ਇਹ ਵੀ ਸਾਡਾ ਬੰਦਾ ਕਿਸ਼ਤਾਂ 'ਚ ਚੱਲਦਾ ਆ ਚੱਲ ਚੱਲ ਇੱਥੇ ਨਹੀਂ ਮਾਰਨਾ ਉੱਧਰ ਦੇ ਬਾਹਰ ਸਰਦਾਰ ਹੁੰਦੇ ਜਾ ਜਾ ਬਾਕੀ ਮਿੱਤਰੋ ਨੂਰ ਦਾ ਸਿਸਟਮ ਤਾਂ ਮੈਂ ਕੰਪਲੀਟ ਕਰ ਆਇਆ ਪਰ ਹੁਣ ਵਿਜੇ ਗੁੱਜਰ ਵਾਲੇ ਦੀ ਵੇਟ ਆ ਸਾਰਿਆਂ ਨੂੰ ਬਾਈ ਬਣਾਉਂਦੇ ਹਾਂ ਛੇਤੀ ਥੋੜ੍ਹਾ ਪੇਟੀਆਂ ਦਾ ਰੌਲਾ ਪੈ ਰਿਹਾ ਸੀਗਾ ਜਿੱਥੋਂ ਆਪਾਂ ਬਣਵਾਉਂਦੇ ਸੀ ਤੁਹਾਨੂੰ ਲਾਸਟ ਟਾਈਮ ਵੀ ਦੱਸਿਆ ਸੀ ਉਹ ਮੁੰਡੇ ਦੀ ਮਦਰ ਦੀ ਡੈਥ ਹੋ ਗਈ ਸੀ ਜਿਹਦੇ ਕਰਕੇ ਵੀ ਫਿਰ ਤੁਹਾਨੂੰ ਪਤਾ ਇਹੋ ਜਿਹੇ ਸਿਸਟਮ 'ਚ ਫਿਰ ਬੰਦਾ ਨਹੀਂ ਪ੍ਰੈਸ਼ਰਾਈਜ਼ ਕਰ ਸਕਦਾ ਕਿਸੇ ਨੂੰ ਕਿਉਂਕਿ ਮਾਂ ਬਾਪ ਵੀ ਸਾਰਾ ਕੁਝ ਹੁੰਦੇ ਆ ਉਹਨਾਂ ਵਾਸਤੇ ਦੌੜਦੇ ਆ ਉਹਨਾਂ ਦੇ ਬੁਢਾਪੇ ਵਾਸਤੇ ਕਮਾਉਂਦੇ ਖਾਂਦੇ ਆ ਹੈ ਨਾ ਉਹ ਬਾਕੀ ਹੌਲੀ ਹੌਲੀ ਉਹਦਾ ਵੀ ਕਰਾਂਗੇ ਦੇਖਦੇ ਹਾਂ ਮੈਂ ਟਰਾਈ ਕਰਦਾ ਜੇ ਬਾਈ ਨੇ ਉਹਨੇ ਦੁਕਾਨ ਖੋਲ੍ਹੀ ਹੋਊਗੀ ਫਿਰ ਤਾਂ ਉਹਦੇ ਕੋਲ ਪੇਟੀ ਬਣੀ ਪਈ ਹੋਊਗੀ ਅਤੇ ਨਹੀਂ ਤਾਂ ਫਿਰ ਆਪਾਂ ਇੱਥੋਂ ਹੀ ਬਣਵਾ ਲਾਂਗੇ ਕੁਛ ਨਾ ਕੁਛ ਤਾਂ ਜਗਾੜ ਕਰਾਂਗੇ ਅਤੇ ਵਿਜੇ ਵਾਲਾ ਸੈਟਅਪ ਵੀ ਬਸ ਜਲਦੀ ਕੰਪਲੀਟ ਕਰਦੇ ਹਾਂ ਹੁਣ ਸੋ ਕਰਾ ਲਾਂ ਇੱਕ ਵਾਰੀ ਆਹ ਹਲ ਪਵਾ ਲਾਂ ਫਿਰ ਮਿਲਦਾ ਤੁਹਾਨੂੰ ਲਓ ਮਿੱਤਰੋ ਹਲ ਪਵਾ ਲਏ ਸੀਗੇ ਆਹ ਵਾਲੇ ਖੇਤ ਨੂੰ ਹਲ ਮਾਰਨੇ ਆ ਅਤੇ ਇਹਦਾ ਵਿਚਾਰੇ ਦਾ ਆਹ ਜਿੱਦਾਂ ਵਿੱਚ ਕੋਠੀ ਆਹ ਸ਼ੈੱਡ ਪਿਆ ਹੋਇਆ ਨਾ ਇਸ ਕਰਕੇ ਇਹਦੀ ਜਿਹੜੀ ਕੰਡੀਸ਼ਨ ਸੀ ਉਹ ਇਹੋ ਜਿਹੀ ਹੈ ਕਿ ਖੁੰਜੇ ਬਥੇਰੇ ਨੇ ਇਹਦੇ 'ਚ ਸੋ ਆਪਾਂ ਜਿੱਦਾਂ ਗੰਦ ਪਿਆ ਹੋਇਆ ਸਾਰਾ ਚੱਕ ਦੇਣਾ ਇਹਦੇ 'ਚੋਂ ਦੇਖਦੇ ਹਾਂ ਅੱਜ ਕਿਹੜੇ ਕਿਹੜੇ ਗੇਅਰ 'ਚ ਪਰਫੋਰਮੈਂਸ ਦਿਖਾਉਂਦਾ ਟਰੈਕਟਰ ਅਤੇ ਜਦੋਂ ਡੀਜ਼ਲ ਆ ਜੂਗਾ ਇੰਨਾ ਮੌਸਮ ਵੀ ਥੋੜ੍ਹਾ ਠੰਡਾ ਹੋ ਜੂਗਾ ਵੀਡੀਓ ਬਣਾਉਣ ਜੋਗਾ ਹੋ ਜੂ ਵਧੀਆ ਅਤੇ ਫਿਰ ਉਦੋਂ ਤੁਹਾਨੂੰ ਦਿਖਾਊਂਗਾ ਇਹਦੀ ਟਿਲਰਾਂ ਦੇ ਕੀ ਪਰਫੋਰਮੈਂਸ ਆ ਇੰਨਾ ਮੈਂ ਦੇਖ ਲੈਂਦਾ ਕਿਹੜੇ ਕਿਹੜੇ ਗੇਅਰ 'ਚ ਚੱਲ ਰਿਹਾ ਜਿੱਦਣ ਦਾ ਮੋਡੀਫਾਈ ਕਰਾਇਆ ਵਾ ਅਤੇ ਉੱਦਣ ਦਾ ਚਲਾਇਆ ਟਿਲਰਾਂ 'ਚ ਚਲਾਉਣਾ ਇਹਦਾ ਗੇਅਰ ਦਾ ਵੀ ਪਤਾ ਲੱਗੂਗਾ ਵੀ ਕਿਹੜੇ 'ਚ ਵਧੀਆ ਚੱਲਦਾ ਸੌਖਾ ਚੱਲਦਾ ਵਧੀਆ ਸੋ ਦਿਖਾਉਂਦਾ ਤੁਹਾਨੂੰ ਥੋੜ੍ਹੀ ਦੇਰ ਤੱਕ ਇੰਨਾ ਜਾਂਚ ਪੜਤਾਲ ਕਰ ਲਈਏ ਇਹਦੀ ਹਾਂਜੀ ਬਾਬਿਓ ਸੋ ਇੱਧਰ ਟਿਲਰ ਮਾਰਤੇ ਸੀ ਆਪਾਂ ਠੀਕ ਹੈ ਇੱਧਰੋਂ ਮਾਰ ਕੇ ਵਿਹਲਿਆ ਹੋ ਗਿਆ ਅਤੇ ਇੱਧਰ ਵੱਟਾਂ ਜੀਆਂ ਢਾਉਣੀਆਂ ਸੀ ਉਹ ਢਾਤੀਆਂ ਕਿਉਂਕਿ ਵੱਟਾਂ ਵਾਹੁਣੀਆਂ ਜ਼ਰੂਰੀ ਹੈ ਇਹ 'ਚ ਮਾਰਨੀ ਹੈ ਹੈਰੋਂ ਫਿਰ ਦਿੱਕਤ ਆਊਗੀ ਸੁੱਖੇ ਬਾਈ ਹੁਣੇ ਲੱਸੀ ਲਿਆਏ ਸੀ ਨਾਲ ਲਿਆਏ ਸੀ ਡੀਜ਼ਲ ਸੋ ਹੁਣ ਡੀਜ਼ਲ ਪਾਵਾਂਗੇ ਫਿਰ ਕਰਦੇ ਹਾਂ ਅੱਗੇ ਦਾ ਕੰਮ ਸਟਾਰਟ ਫਿਰ ਤੁਹਾਨੂੰ ਦਿਖਾਉਂਦੇ ਹਾਂ ਟਿਲਰਾਂ ਦਾ ਯਾਰ ਬਾਹਲਾ ਜ਼ੋਰ ਮਾਰਦਾ ਬਾਈ ਦੇਖ ਲਿਆ ਆਪਾਂ ਤੁਹਾਨੂੰ ਕਿਸੇ ਅਗਲੀ ਵੀਡੀਓ 'ਚ ਦਿਖਾਵਾਂਗੇ ਯਾਰ ਇਕੱਲਾ ਸੀ ਮੈਂ ਵੀਡੀਓ ਬਣਾਉਣ ਵਾਲਾ ਕੋਈ ਹੈ ਨਹੀਂ ਸੀ ਤਾਂ ਕਰਕੇ ਅਤੇ ਬਾਕੀ ਹੈਰਾਂ ਅਤੇ ਅੱਜ ਫਿਰ ਦਿਖਾਵਾਂਗੇ ਜਲਵਾ ਤੁਹਾਨੂੰ ਬਣੇ ਦੇ ਵਲੋਗ ਦੇ ਨਾਲ ਵੀ ਉਸ ਹਾਲਾਤ ਇਸ ਟਾਈਮ ਮਿੱਟੋ ਮਿੱਟ ਹੋਏ ਆ ਅਤੇ ਬਾਈ ਹੁਣ ਪਾ ਰਿਹਾ ਡੀਜ਼ਲ ਅਤੇ ਰਾਹੁਲ ਮਾਮੇ ਨੂੰ ਕਿਹਾ ਸੀ ਪੈਪ ਦੇ ਅਤੇ ਅਗਲਾ ਪੈਪ ਹੀ ਧੋ ਮਾਰਿਆ ਉਹਨੇ ਹੁਣ ਪੈਪ ਸੁਕਾ ਕੇ ਫਿਰ ਡੀਜ਼ਲ ਪਾਉਣ ਲੱਗੇ ਹਾਂ ਬਾਕੀ ਦੇਖਿਆ ਖੁੰਜੇ ਲਾਉਣੇ ਆ ਖੁੰਜੇ ਹਲ ਨਾ ਲੱਗ ਨਹੀਂ ਰਹੇ ਜਾਂ ਤਾਂ ਬੰਦੇ ਬਿਠਾਉਣੇ ਪੈਣੇ ਆਪਾਂ ਨੂੰ ਫਿਰ ਖੁੰਜੇ ਲੱਗਣੇ ਆ ਜਾਂ ਫਿਰ ਰੂਟਾਵੇਟਰ ਨਾਲ ਲਾਵਾਂਗੇ ਸੋ ਕੋਈ ਨਾ ਉਹ ਤੁਹਾਨੂੰ ਅਗਲੇ ਅਪਕਮਿੰਗ ਵਲੋਗਸ ਦੇਖਣ ਨੂੰ ਮਿਲੂਗਾ ਅੱਜ ਦਾ ਕੰਮ ਤਾਂ ਆਪਣਾ ਹੈਰੋਂ ਮਾਰਨਾ ਇਹਨੂੰ ਦੋ ਮਾਰਾਂਗੇ ਹੈਰੋਂ ਦੀ ਚੰਗੇ ਤਰੀਕੇ ਨਾਲ ਅਤੇ ਫਿਰ ਬਣਾਵਾਂਗੇ ਜ਼ਮੀਨ ਨੂੰ ਕਿਉਂਕਿ ਹੁਣ ਸਬਜ਼ੀ ਲਾਉਣ ਦੀ ਸੋਚ ਰਹੇ ਹਾਂ ਫਿਰ ਤੁਹਾਨੂੰ ਅੱਗੇ ਅੱਗੇ ਦੇਖਣ ਨੂੰ ਫਾਰਮਿੰਗ ਵਲੋਗਸ ਵੀ ਮਿਲਿਆ ਕਰਨਗੇ ਮਤਲਬ ਆਪਣੇ ਕੋਲ ਸਾਰਾ ਪਾ ਦੇ ਉੱਦਾਂ ਹੀ ਪਾਉਣਾ ਜਿੱਦਾਂ ਉੱਦਣ ਖਿੱਚ ਕੇ ਵਿੱਚ ਪਾਤਾ ਸੀ ਬਸ ਹਾਂ ਸੋ ਤੇਲ ਪਾ ਲਾਂ ਜੀ ਫਿਰ ਮਿਲਦਾ ਤੁਹਾਨੂੰ ਸਾਰਿਆਂ ਨੂੰ ਹਾਂਜੀ ਬਾਬਿਓ ਸੋ ਮੈਂ ਕਾਫੀ ਖੇਤ ਵਾਧਤਾ ਸੀ ਫਿਰ ਮੇਰੇ ਯਾਦ ਆਇਆ ਵੀ ਯਾਰ ਵਲੋਗ ਵੀ ਕਰ ਹੀ ਰਹੇ ਸੀ ਆਪਾਂ ਸੋ ਕਾਫੀ ਵੀਰਾਂ ਦੀ ਨਾ ਪਿਛਲੇ ਜਦੋਂ ਮੈਂ ਹੈਰੋ ਉਹ 'ਚ ਤੁਹਾਨੂੰ ਦਿਖਾਇਆ ਸੀ ਟਰੈਕਟਰ ਕੁਛ ਕੁ ਵੀਰਾਂ ਦੇ ਨਾ ਡਾਊਟ ਸੀਗੇ ਕਿ ਟਰੈਕਟਰ ਧੂੰਆਂ ਬਹੁਤ ਦਿਖਾ ਰਿਹਾ ਹੈ ਨਾ ਅਤੇ ਵੀਰ ਬਾਬਿਓ ਧੂੰਆਂ ਦਿਖਾਉਂਦਾ ਫੁੱਲ ਚੱਕਰਾਂ 'ਤੇ ਜਦੋਂ ਫੁੱਲ ਚੱਕਰਾਂ 'ਤੇ ਮੋਨੇ ਨਾ ਆਪਾਂ ਦੇਖੋ
ਜਦੋਂ ਲੋਡ ਪੈਂਦਾ ਨਾ ਟਰੈਕਟਰ ਤੇ ਰੇ ਜਦੋਂ ਰੇਸ ਘਟਦੀ ਵੱਧਦੀ ਆ ਟਰੈਕਟਰ ਦੀ ਉਦੋਂ ਧੂਆਂ ਮਾਰਦਾ ਚੈੱਕ ਕਰੋ ਇਦਾਂ ਮਾਰੂਗਾ ਧੂਆਂ ਐ ਕਰਦਾ ਹੁੰਦਾ ਠੀਕ ਹੈ ਬਾਬਿਓ ਤੇ ਹੁਣ ਮੈਂ ਤੁਹਾਨੂੰ ਨਾਰਮਲ ਵਾਹੀ ਵਾਲਾ ਗੇਅਰ ਲਾ ਕੇ ਦਿਖਾਉਣਾ ਦੇਖੋ ਜਿੱਦਾਂ ਮੈਂ D1 ਚ ਵਾਰਿਆ ਸੋਹਣਾ ਵਗ ਰਿਹਾ ਤੇ ਚੱਕਰ ਆਪਾਂ ਕਰਾਂਗੇ 1800-1900 ਦੇ ਕਰੇ 1850 ਦੇ ਕਰੀਬ ਕਰ ਲੈ ਬਾਕੀ ਬਾਬਿਓ ਇਹਦਾ ਅਲਟੀਨੇਟਰ ਵੀ ਚੇਂਜ ਆ ਤੇ ਚੱਕਰ 150 ਦਾ ਫਰਕ ਵੈਸੇ ਹੀ ਪਿਆ ਹੋਇਆ ਆ ਠੀਕ ਹੈ ਆਹ ਦੇਖੋ ਦੇਖੋ ਕੋਈ ਸਮੋਕ ਨਹੀਂ बंद होने से आ गया पर स्मोक नहीं है ट्रैक्टर च हूँ स्मोक पता किस कंडीशन च मारूगा देखो करते पूरे चक्कर लो हूँ मारू लाट देखो इस कंडीशन स्मोक मारता जो आप खोले तो चक्कर खोल दें ना पूरे 2500-2600 के मतलब इधर मैं खोले हुए हैं 2700 तक ठीक है जो आप 2700 चक्कर तक फुल खोल के आने ना तो उदों मारूगा मतलब वो तो एक कॉम्पीटिशन वाला ही काम हो गया कि हाँ बई वाही वाले चक्कर से बई बिल्कुल स्मोक नहीं मारता ट्रैक्टर बहुत वीर के कमेंट से भी पंप तो बाद की चेंजिज आए हैं चेंजिज थोड़े सामने हैं देख लो हैरों भी पूरी खोली हुई है आप ठीक है तो यदिया किलिया कुलिया का हिसाब इदा नहीं क्योंकि डंडा जहा बहुत लंबा आनी क खोल के ही वही दी वधिया ही वगदी खेत का लैवल भी खराब नहीं हुंदा डूंगी भी बहुत लगती है यार ठीक है बाबे तो इधर इस इदा नहीं स्मोक मारता बाकी थोड़ा मैं दस दी किस कंडीशन स्मोक मारता किमें मारता है वाले वीर के कमेंट से इस चीज़ में लैके सो बाबे मैं वाला हूँ खत्ते जिन्ना क रह गया फिर दौर भी पाउनी है फिर मिलते हैं बाकी दौर च दिखावे बाकी की परफॉर्मेंस लो जी मित्रों खेत वाता सीगा दौर पा के हो गया वेला हूँ बस हैरों फोल्ड करा दी सी राहुल को चकनी का भुल ही गया बस निकल लग गए जी घर वास्ते बाकी शहरी भाई आया जी अपने को क्योंकि कल तो कल की दुकान दोवां नूं नहीं उतरी भाई भी लेट उठा मैं भी लेट उठा सीगा भाई तो फिर लुधियाने जा आया आप घर ही सौंदे रहे घर सौ के उस तो बाद आप आ गए खेतों वालों जिमें कि तुम ब्लॉग वेख्या है वह हूँ घर जावे ट्रैक्टर इतने ही ला देना आप गड्डी लेके आया सी बाकी हूँ बइया के मैसेज आ गए हूँ बइया के मैसेज आने लग गए भी सिस्टम का तो लाया कि चक्कर पै गया सी बाबे वो बस वैसे ही मन जहा थोड़ा जरा ये कि कुछ चेंज करा जिदे करके सिस्टम लाया सीगा तो थोनों अपकमिंग ब्लॉग्स दसागे क्योंकि हले वैसे ही काम का लोड बहुत होया पाया आ कि होर भी काम है हले पहले वो कर लिए सिस्टम वाल फिर होवे पर यह है भी ऐर की कुछ अलग सोचे आप सारे पसंद आएगा करते तो कोशिश हमेशा यही है कि कुछ अलग करिए बाकी अपने अपने जोर से आ बाकी बाबे थोड़े उपर है तुम्हें कहो जी लगती है चीज़ कहो जी नहीं दसिया जरूर करो तो मैं हैरों कटा ला अंदर ट्रैक्टर ला ला फिर थोड़ा मिलना फिर कर दें कि गलबात लो मित्रों ट्रैक्टर आप लाता है कितने लाया वो थोड़ा दिखाने चेक करो जगा बत्तियाँ वो खड़ा आ ठीक है ट्रैक्टर लाता हैरों क्ड के सो आप निकलते हैं रुको यार टैंकी ताला ला दिए
टैंकी नूं ताला लाना भुल गया सी मैं, क्योंकि बई एक बई है अपना खास ते उहदा ही मैनू फोन आया ते जनरली अपनी गल जी होण लग गई ते फिर जदों उहने मैनू अपनी हड बीती जी सुनाई लो जी लॉक लग गया। फिर जदों उहने अपनी हड बीती जी मैनू सुनाई ना बब्बे तां उदण दा मैं थोड़ा जिहा सतर्क जिहा रहिण लग गया ट्रैक्टर वाले मामले, नहीं मैं टैंकी खुली हड दिंदा हुंदा सी लॉक नहीं सी लांदा हुंदा ते तुहानूं पता ही आ किसी का कुछ नहीं आंदा, सिर्फ एक मुठ्ठी चीनी शक्कर कुछ भी रेत रूत जो बंदे नूं मिल जाए उही पा छड्दा आ। हाँ जी सत श्री अकाल जी सारयां नूं, की हाल चाल है सारयां दा, सो स्वागत है जी अज दे नवें दिन च। तुसीं वी सोच रहे होणे अज अलग जी जगह तों ब्लॉग स्टार्ट कीता आ, ते अलग जी जगह तों ब्लॉग स्टार्ट करन दा रीज़न ये है कि आपां आए सीगे दुकान वास्ते कूलर लैण, ते अपने भरा दी शॉप आ, क्योंकि गर्मी बहुत हो गई उस्ताद कम करते करते बुरा हाल हो जाता, कल्ला पखा कुछ नहीं कर पाता, तो ए सी वाला अपने उत्थे जगाड़ नहीं है, क्योंकि अपने जिहड़े उधर शॉप है जिधर आसे पासे सारे घर मतलब बने हुए है, तो कंडेंसर निकल की जगह नहीं हैगी, विंडो वास्ते भी कोई कोई जगाड़ चाहिए अपन, सो फिलहाल ही कूलर बेस्ट लग गया। सो कूलर बाय करना है जी अपने भरा की शॉप है हंस इलैक्ट्रॉनिक ओनर साहब ना मिलाने सूँ, की हाल है जी? वधिया वधिया। सो भाई और अपना ये वाला कूलर फाइनल होया, क्योंकि इहदा साइज भी छोटा है, हवा भी बहुत हाई फ्लो 27 लीटर ठीक है, ये वाला फाइनल होया, पहला देखे तो होर भी है पर इहदा साइज और हवा दोनों सेट आ, सो आपां नूं इही सेट रहा, क्योंकि दुकान दे अंदर स्पेस भी पूरा पूरा अपने कोल, ओके ठीक है, बस उही चीज आपां नूं चाहिए, 10 तों 12 फुट दी दुकान है, हां जी फ्लो पूरा रहेगा, बट ठीक है ठीक है। प्लस इहदे अंदर ना फिल्टर वगैरह लगे हुए हैं, एलर्जी फिल्टर, बैक्टीरिया फिल्टर, स्मेल फिल्टर, ठीक है ओके है। बाकी हनीकॉम पैड है, लाइफ इहदी 4-5 साल दी हैगी आ पैड, बाकी संभाल आ ਤੁਹਾਡੇ ਜਿੰਨਾ ਸੰਭਾਲ, हां ਜਿੰਨੀ ਸੋ, ਇਹ ਤਾਂ ਦੇਖੋ ਕੋਈ ਵੀ ਚੀਜ਼ ਆਪਣੇ ਹੱਥੇ ਆ, ਆਪਣੇ ਹੱਥੇ ਹੁੰਦੀ ਆ, ਬਾਕੀ ਹੋਰ ਵੀ ਆ ਵੱਡੇ ਕੂਲਰ, हां बाकी मित्रों कुछ भी चाहिए हो ना बाई को कॉन्टैक्ट कर लियो हंस इलैक्ट्रॉनिक, तो शॉप का एड्रैस दस दो भी, शॉप का एड्रैस है जी अपना नियर पूजा साड़ी ठीक है, ओपोजिट बीटा मिल्क प्लांट, बलदेव नगर अंबाला सिटी ठीक है जी, अंबाला सिटी तो ही भीरे, तो बहुत पुराना प्यार है अपना बाई नाल, काफ़ी टाइम बाई का पेज भी आ, क्योंकि एक्चुअल पता जो काम कार बंदा ज्यादा बिजी हो जाता ना, एक करने वाला कल्ला हो जाता बंदा, फिर औखा हो जाता सारी चीज़ों लैके, सो बाकी बाबे तुम देख सकते हो हर एक चीज़ इन्हों को मिल जाती है इलैक्ट्रॉनिक तो रिलेटेड, तो बाकी बाई कई बार ना ग्रोसरीज भी 50% लैस से, किन्ने लैसते होंगे ना 70% लैस से, सॉरी मैं गलत बोल गया, 70% लैस से ग्रोसरीज वगैरह भी आंदियां बाई को कुछ ना कुछ, साइकिलां पईयां उपर, अच्छा साइकिलां भी है ओके, साइकिलां दे लेस हैगा ऑनलाइन तो 20 ठीक है, बाकी अगर कोई किसी बल्क दी डील रहंदी है ठीक है, लेस 30 तो लेके 40 तक ओके लो जी, बाकी बाबे मैं ना एक इन्हों का कॉन्टैक्ट नंबर भी डिस्प्ले च मैनशन कर दाँगा, तो बाई ने कॉन्टैक्ट कर, चलो 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 असी तो देखा गया, इधर दे बाकी कूलर दा स्टॉक है, अच्छा इधर सारा कूलर दा स्टॉक है, कूलर एसी ठीक है ठीक है ठीक है, देखो बाबे सर्विसिंग वगैरह सारा कुछ इतने आप ही करते हैं, इन्होंने बंदे रखे हुए हैं, कूलर की सर्विस भी कर देते हैं, जिम्मे कूलर आया था साफ सूफ किया था ठीक है, सर्विस वगैरह भाई यार, क्योंकि अजकल पता है क्यों है, काम ज्यादा हो गया, लोगों को टाइम घट हो गया ठीक है, बंदा सोचता आप की करांगा यार, करा ही लेना किसी ना किसी को, कूलर है छोटे ठीक है, लेस बहुत अच्छा है इनका, सी ठीक है, 50 है कईयां दे 40 है ठीक है, डिपेंड करता है कि भाई तुसी किन्ने पीस ले रहे हो, उस हिसाब नाल लेस रहंदा है, नहीं सही है भाई, बहुत वधिया काम है ये भी भाई, जिन्हों चाहिए हूँ लै जो बाई को आके, सो आप हूँ उपर जाने थोड़ा साइकिलों का स्टॉक दिखाने बबे, लो मित्रों चैक करो स्टॉक, भरा ने तो खासा कुछ ही रख रखा, लो भी 17,000 की साइकिल 9,500 रुपये एलमीनियम फ्रेम वाली बबे, सारी फ्रेम ना मार्केट के अंदर 14,000 तो नॉन गेयर वाली शुरू होती है ठीक है ओके, अपने को काफी है एलमीनियम फ्रेम के अंदर मतलब कहने का भाव यह है मित्रों, ये साइकिल जी अजकल साइकिलिंग बहुत ज्यादा चल रही है, फैट टायर वाली हो गई, मैं देखे मैं काफ़ी फोटो देखी हैं पेज से ना, अच्छा ठीक है ठीक है ठीक है, बाकी बाबे पूरा स्टॉक है यार, मतलब जिन्हें कुछ भी बाय करना ना एक चीज़ तो मेरी रिकमेंडेशन तो एक बार भरा को जरूर पहुंचो ठीक है, तो इन्नी गरंटी है कि बिना नाम ले तुम्हें बढ़िया, जिम वाली साइकिल भी है सिंगल पीस ठीक है, सिंगल पीस रह गया ओके बाकी वीडियो पॉज करके देख लियो, जिन्हों जो चीज पसंद हुई भरा ना कॉन्टैक्ट कर लिया, एक बार गलबात कर लियो, तो वधिया रेट ते थोनू मिली जानी है, सो ठीक है जी, रेट की गरंटी रहेगी, ना ऑनलाइन सर्च कर लियो ठीक है,
मार्केट ही सर्च कर लियो। हां जी हां जी। उस तो बाद मेरे को लाना रेट लेके कि भी यार रेट मिल रही है उस तो भी 2000 सस्ते मिल जाए। देख लो भाई 2000 लोग ना 200 कह के कह देंदे भी हां जी इतना इतना लेस असी कर सकते हैं पुराने सीधा 2000 च छलांग मारी है। हां जी मार्केट रेट 16700 ठीक है। बाबे तुम दिखाता अज का स्टॉक अपना सारा जिन्ना भरा को जरूर विजिट करो देख लो भाई थोनों एक बार दिखा भी दें ठीक है तो तुम देख लियो क्योंकि ये चीज़ का मैं काफ़ी देख रहा ट्रेंडिंग च है ही है चीज़ा ना बल्कि रीलों ने बड़िया मशहूर कर छड़ियाँ लोगों ने फैट टायर वाली लो भी चेक कर लो डब्बे अंदर साइकिल उतर दी सारिया ठीक है थोड़ी देर तक कूलर बाय करके रख लिए फिर मिलते हैं शॉप ते जाके। हां जी बाबे की हाल चाल है जी। सो स्वागत है जी ताडा तीसरे दिन दे अंदर ते तुसीं वी कहिंदे होणे वी व्लॉग पता नहीं किस हिसाब नाल बना रहे पर बाबे की करिए कम इन्ना ज़्यादा है ना इस टाइम कि टाइम नहीं लग पा रहा किसी भी चीज़ का। सो अज भी कम काफ़ी सी कुछ अपने को समान पहुँचा होया थोनू वो दिखाने बाकी दुकान पर भी नहीं सी आया गया सारा दिन तो भरा हुणी आए सी बाद च चले गए हुण दुबारा दुकान खुलवाई है क्योंकि समान रखना सी समान अपने को पहुँचा सी कुछ लैके आए हैं तो कुछ आ रहा हले इदा ही चली जाऊगा हले चैक करो तुसीं अपनी काली घोड़ी बाकी आ कूलर का डब्बा इन्हू भी पहचाना यार घरे आ छोटा जहा कूलर ले आप क्योंकि गर्मी ने अत कराई हुई है अत बाबे ठीक है। तो बाकी समान की जो गल करिए अपने को एक दो तीन वाह देखो डिस्टर्बेंस इदा होंगी है बाबे इदा किचर 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 करा के रखते हैं लोग दुकाना की ठीक है। ये नहीं भी मासा जहा तेल दवा लीए लो जी बाबे ये अपने को स्पीकर पहुंचे है मेरे सब तो ज़्यादा फेवरेट है क्योंकि एक तो इन्हों की रेंज भी बहुत वाजिब है प्लस वजदे भी बहुत सोहने आ बाकी ये अपनी कस्टमर से जी जो समान समून अपना केबल कूबल आई हैं तो 12-12D4 तुम कहा भी कंपेरिजन वीडियो बनाओ जी इदा करो जी सी ए बेस्ट वजदा के वजदा सो आप ये भी लाए हैं ठीक है। वैसे तो यदि कोई डिमांड नहीं हैगी मेरे इतने सब तो ज़्यादा सी ए ही चलता पाया आ बट मैं क्या भी चलो ये भी लै आने ये होर मंगाए हैं हले आप तो थोड़ू दिखावे यदा कंपेरिजन एक एक का करके कंपेरिजन दिखावे फिर तुम दस्यो बी कि वजिया वजता कि नहीं वही वीडियो थोड़ा आने वाले टाइम देखने को मिलेगी। तो बाकी स्टीरियो स्टारियो एम पंप तो हले अपने को मोनो मोनो सारे पे ही है बाकी होर आ रहा समान काफ़ी है यार स्टॉक जो हूँ जो आना है ना क्योंकि हले थोड़ा जहा बिजी सी इधर उधर अपने कामकारा च पर हूँ आप हो गए दुकान नाल पूरे ठीक है। हूँ दुकान च बिजी होना है जो जो काम दुकान का रह गया वो आप फाइनल करना है फिर तुम हौली हौली सारा डिटेल देवे किड़ा किदा या रिव्यू दिखावे तो कल कल प्रोडक्ट का रिव्यू जोड़ा आखन मिलेगा आने वाली वीडियो च बाकी जोड़े मेरे भी नवे चैनल में कर लियो सबसक्राइब तो मैं इंस्टाग्राम पर भी जाकर जरूर फॉलो कर लियो क्योंकि यह जी चीज़ा आप लैके आनी बाकी जी अपनी शॉप का पेज है GC ऑडियो ऑफिशियल तो उत्थे जाके भी जरूर फॉलो करो क्योंकि उत्थे तुहानू वधिया तो वधिया जी वीडियोज़ है या टेस्टिंग दी वीडियोज़ फुल पंजाबी गाने वाले जिहड़े भी आप सैटअप तैयार कर रहे उत्थे ही पैंदियां सारियां वीडियो बाकी बाबे विजे वाले सैटअप दी लोग कहिंदे सी कि भी दसो की रिपोर्ट है की नहीं हूँ आप इदा करता कि विजे वाली की पेटी तैयार हो गई है। सो बाबे विजे वाली पेटी तो लग रहा सनमैका इस करके उन्होंने थोड़ा टाइम भी लगना है पेटी तो रेडी हो गई है बट हूँ सनमैका लग रहा मैं किया बई फोन जितों मैं रेडी करवा रहा तो हूँ अपने कोम बचा कि आ सिस्टम जोड़ा है काफ़ी पहला तो तैयार होया हो अपने को दो बूफर वाला छत्तीसगढ़ वाले वीर का उन्होंने भरा लैन आऊगा इस करके जोड़ा आ इतें ही पिया हले तक बाकी कंप्लीट आदा बस आ पला जहाँ सवेरे आप कस देंगे उसमें अगले ब्लॉग से देखने को मिलेगा ठीक है बाबे। सो यदा पला कस के इनू कंप्लीट करके रख देना आ तो कुछ आप 25 square एम दिया उत्थों बैटरे तो लैके वायर इतने तक पाया वा क्योंकि जो आप सैटअप चलाना हों फिर आप 10 mm वाली वायर तो चला रहे पूरी परफॉर्मेंस नहीं मिलती बार बार कट मार वो मज़ा नहीं आता फिर टैसटिंग कर इस करके आप 25 square mm वाली वायर उतों इतने पावे डबल
बाकी बाबे अपनी आह वाली पेटी जी बूफर से पेटी है सेल से अगर किसी भीर चाहिए होगी तो दस दौ तो नहीं तो बबे थोड़े दिन तक तो मैं यही वापस टंग देनी है बिगी ठीक है नहीं यही टंग देनी है फिलहाल क्योंकि जोड़ा चीज़ मैं प्लैन कर लिया उन्होंने टाइम लगेगा सो इस करके आप फिर इन्हों ही टंग देना है बाद की बात देखा सो थोड़ी देर हूँ कूलर की हवा लै लिए मैं कूलर बंद कराता है ठीक है ना कूलर की हवा लै लिए फिर थोड़ा मिलते हैं थोड़ी देर तक करते हैं ब्लॉग दिशा The useless was shooting, no one notices the you. It's just me against the world.